ਕਿਸਾਨ ਦੋਸਤੋ ਖਾਸ ਤੌਰ ਤੇ ਝੋਨੇ ਦੀ ਸਿੱਧੀ ਬਜਾਈ ਨੂੰ ਮੌਸਮ ਨੇ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰੀਕੇ ਦਾ ਰਹੂਗਾ ਮੈਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗਾ ਪੂਰੇ ਉੱਤਰ ਪੱਛਮ ਭਾਰਤ ਦੀ ਗੱਲ ਕਰਾਂਗਾ ਤੇ ਮੁੱਖ ਤੌਰ ਤੇ ਗੱਲ ਹੋਵੇਗੀ 7 ਜੂਨ ਤੋਂ 10 ਜੂਨ 2020 ਤੱਕ ਦੇ ਮੌਸਮ ਦੀ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਮੌਸਮ ਵਾਲੀ ਵੀਡੀਓ ਨੂੰ ਥੋੜਾ ਧਿਆਨ ਦੇ ਨਾਲ ਦੇਖ ਕੇ ਚੱਲੋ ਤਾਂ ਕਿ ਅਸੀਂ ਆਪਣਾ ਨੁਕਸਾਨ ਨਾ ਕਰਵਾਈਏ। ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ੍ਰੀ ਅਕਾਲ। ਜੇਕਰ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਾਂ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਤੇ ਨਵੇਂ ਹੋ ਤਾਂ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ। ਦੋਸਤੋ ਸਭ ਤੋਂ ਪਹਿਲੀ ਗੱਲ ਹੈ ਕਿ ਅਸੀਂ ਇਹ ਸੈਟੇਲਾਈਟ ਦੀ ਜਿਹੜੀ ਫੋਟੋ ਹੈ ਭਾਰਤੀ ਮੌਸਮ ਭਾਗ ਦੀ ਇਹਨੂੰ ਦੇਖਦੇ ਹਾਂ। ਕਿ ਇਹ ਕੀ ਕਹਿ ਰਹੀ ਹੈ ਇੱਕ ਪਛਮੀ ਡਿਸਟਰਬੈਂਸ ਇਸ ਜਗ੍ਹਾ ਤੇ ਹੈ ਜਿੱਥੇ ਡਬਲਯੂ ਡੀ ਲਿਖਿਆ ਹੋਇਆ ਹੈ ਇਹ ਹੁਣ ਅੱਗੇ ਨਿਕਲ ਰਿਹਾ ਹੈ ਮਤਲਬ ਕਿ ਇਹ ਬਰਸਾਤ ਦੀ ਕਾਰਵਾਈ 7 ਜੂਨ ਨੂੰ ਕੁਝ ਇਲਾਕਿਆਂ 'ਚ ਹੋਣ ਤੋਂ ਬਾਅਦ 'ਚ ਅਗਲੇ ਕੁਝ ਕੁਝ ਦਿਨ ਪੰਜਾਬ ਵਾਸਤੇ ਤੇ ਉੱਤਰ-ਪੱਛਮ ਭਾਰਤ ਵਾਸਤੇ ਖੁਸ਼ਕ ਹੋਣ ਜਾ ਰਿਹਾ ਹੈ ਦੂਸਰਾ ਪਛਮੀ ਡਿਸਟਰਬੈਂਸ ਪਿੱਛੇ ਆ ਰਿਹਾ ਜਿਹੜਾ ਕਿ ਇਸ ਜਗ੍ਹਾ ਤੇ ਹੈ ਇਹ ਆਪਣਾ ਪ੍ਰਭਾਵ ਗਾਹ ਪਾਏਗਾ ਤੀਸਰੀ ਗੱਲ ਇਹ ਹੈਗੀ ਹੈ ਕਿ ਇਸ ਜਗ੍ਹਾ ਤੇ ਇੱਕ ਘੱਟ ਦਬਾਅ ਬੰਗਾਲ ਦੀ ਖਾੜੀ ਦੇ ਵਿੱਚ ਬਣਨ ਜਾ ਰਿਹਾ ਹੈ। ਇਹ ਘੱਟ ਦਬਾਅ ਜਿਹੜਾ ਬਣਨ ਜਾ ਰਿਹਾ ਹੈ ਇਹਦੇ ਨਾਲ ਇੱਕ ਤਾਂ ਫਾਇਦਾ ਹੀ ਹੋਏਗਾ ਕਿ ਮਾਨਸੂਨ ਤੇਜ਼ੀ ਦੇ ਨਾਲ ਵਧੇਗੀ। ਮਾਨਸੂਨ ਅੱਜ ਕਾਫੀ ਅੱਗੇ ਵੱਧ ਚੁੱਕੀ ਹੈ ਤੁਸੀਂ ਦੇਖੋ ਕਿ ਇਸ ਜਗ੍ਹਾ ਤੇ ਪਹੁੰਚ ਚੁੱਕੀ ਹੈ ਜਿੱਥੇ ਇਹਨੂੰ 6 ਜੂਨ ਨੂੰ ਹੋਣਾ ਚਾਹੀਦਾ ਸੀਗਾ। ਭਾਵੇਂ ਕਿ ਇਹਦੀ ਪੂਰਬੀ ਸੀਮਾ ਹਜੇ ਤੱਕ ਆਪਣੀ ਸਥਿਤੀ ਤੋਂ ਪਿੱਛੇ ਹੈ। ਪ੍ਰੰਤੂ ਇਹ ਸੰਭਾਵਨਾ ਜਿਤਾਈ ਜਾ ਰਹੀ ਹੈ ਕਿ ਜੋ ਇੱਥੇ ਘੱਟ ਬਾਜੂ ਦਾ ਆਪ ਦਾ ਖੇਤਰ ਬਣ ਰਿਹਾ ਹੈ ਇਹਦੇ ਕਰਕੇ ਇਹ ਸੀਮਾ ਤੇਜ਼ੀ ਦੇ ਨਾਲ ਅੱਗੇ ਵਧ ਕੇ 15 ਤਰੀਕ ਤੱਕ ਬਿਹਾਰ ਤੇ ਮੱਧ ਪ੍ਰਦੇਸ਼ ਨੂੰ ਕਵਰ ਕਰੇਗੀ ਕਿਸਾਨ ਵੀਰ ਧਿਆਨ ਦੇਣ ਕਿ ਆਉਣ ਵਾਲੇ ਦਿਨਾਂ 'ਚ ਤਾਪਮਾਨ ਵਧਣਾ ਸ਼ੁਰੂ ਹੋਊਗਾ ਕੁਝ ਦਿਨ ਖੁਸ਼ਕ ਹੈਗੇ ਹੈ ਵਰਖਾ ਜਿਹੜਾ ਹੈਗਾ ਥੋੜੇ ਦਿਨਾਂ ਬਾਅਦ ਫੇਰ ਵਾਪਸ ਆਊਗੀ ਪਰੰਤੂ ਜਿਹੜੇ ਵੀਰ ਚੌਣੇ ਦੀ ਸਿੱਧੀ ਬਿਜਾਈ ਕਰ ਰਹੇ ਹੈ ਬੀਜ 8 ਕਿਲੋ ਬੀਜ ਨੂੰ ਘੱਟੋ ਘੱਟ 12 ਘੰਟੇ ਭਿਉ ਕੇ ਸਵਾ ਤੋਂ 1.5 ਇੰਚ ਦੇ ਬਜਾਈ ਕਰੋ ਤਾਂ ਕਿ ਮੌਸਮ ਦਾ ਜ਼ਿਆਦਾ ਅਸਰ ਨਾ ਹੋਵੇ। ਸਭ ਤੋਂ ਪਹਿਲਾਂ ਪੰਜਾਬ 7 ਤਰੀਕ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਕੁਝ ਇਲਾਕੇ ਦੇ ਵਿੱਚ 25% ਇਲਾਕੇ 'ਚ ਹਲਕੀ ਫੁਲਕੀ ਵਰਖਾ ਹੋ ਸਕਦੀ ਹੈ। 8 ਅਤੇ 9 ਨੂੰ ਖੁਸ਼ਕ ਰਹੇਗਾ, 10 ਨੂੰ ਫਿਰ ਕੁਝ ਇਲਾਕਿਆਂ 'ਚ ਬਰਸਾਤ ਆਏਗੀ। ਆਪਾਂ ਜ਼ਿਲ੍ਹੇ ਵਾਰ ਗੱਲ ਕਰਦੇ ਹਾਂ ਕਿਹੜੇ-ਕਿਹੜੇ ਇਲਾਕੇ ਆ। हिमाचल प्रदेश 10 ਤੋਂ ਖੁਸ਼ਕ ਹੋਣਾ ਸ਼ੁਰੂ ਹੋ ਜਾਊਗਾ 19 ਤੱਕ ਵਰਖਾ ਦੀ ਸੰਭਾਵਨਾ ਬਣੀ ਰਹੂਗੀ ਗੰਗਾ ਨਗਰ ਹਰਮਾਨਗੜ ਪੱਛਮੀ ਰਾਜਸਥਾਨ 7-8 ਤਰੀਕ ਨੂੰ ਕੁਝ ਇਲਾਕਿਆਂ 'ਚ ਵਰਖਾ ਹੋ ਸਕਦੀ ਹੈ 9-10 ਨੂੰ ਖੁਸ਼ਕ ਹੋ ਜਾਂਦਾ ਹੈ ਪੱਛਮੀ ਉੱਤਰ ਪ੍ਰਦੇਸ਼ ਹੁਣ ਖੁਸ਼ਕ ਰਹੇਗਾ ਲੇਕਿਨ 10-11 ਤਰੀਕ ਦੇ ਨੇੜੇ ਇੱਥੇ ਵਰਖਾ ਹੋਣੀ ਸ਼ੁਰੂ ਹੋਊਗੀ ਉੱਤਰਾਖੰਡ ਦੇ ਵਿੱਚ ਲਗਾਤਾਰ ਵਰਖਾ ਦੀ ਸੰਭਾਵਨਾ ਬਣੀ ਰਹੇਗੀ ਪਾਵੇਂ ਕਿ ਸਾਡੇ ਇੱਥੇ ਫੇਰ 12 13 14 ਤਰੀਕ ਦੇ ਨੇੜੇ ਕਿਤੇ ਮੌਸਮ ਖਰਾਬ ਜ਼ਰੂਰ ਹੋਏਗਾ ਉਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਅਗਾਹ ਦੇ ਦੇਵਾਂਗਾ ਪਹਿਲਾਂ ਮੈਂ 7 ਤਰੀਕ ਦੇ ਬੋਲ ਦਿੰਦਾ ਪਠਾਨਕੋਟ ਗੁਰਦਾਸਪੁਰ ਅ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂਸ਼ਹਿਰ ਕਪੂਰਥਲਾ ਜਲੰਧਰ ਇਸ ਦੇ ਇਹ ਨਾਲ ਨਾਲ ਫਾਜ਼ਿਲਕਾ ਇੱਕ ਮੁਕਤਸਰ ਬਠਿੰਡਾ ਮਾਨਸਾ ਮਾਨਸਾ ਤੋਂ ਅੱਗੇ ਫਤੇਗੜ ਸਾਹਿਬ ਫਤੇਗੜ ਤੋਂ ਅੱਗੇ ਰੂਪਨਗਰ ਰੂਪਨਗਰ ਤੋਂ ਅੱਗੇ ਪਟਿਆਲਾ ਪਟਿਆਲਾ ਤੋਂਗਾ ਐਸਐਸ ਨਗਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਹਲਕੀ ਹਲਕੀ ਲਾਈਟ ਰੇਨ ਮਤਲਬ ਕਿ ਇਹ ਲਾਈਟ ਰੇਨ ਆਸੀ ਉਸ ਨੂੰ ਕਵਾਂਗੇ ਇਹ ਜਿਹਦੇ ਵਿੱਚ ਬਹੁਤ ਘੱਟ ਵਰਖਾ ਹੋਣ ਦੀ ਸੰਭਾਵਨਾ ਮਤਲਬ ਕਿ ਬੂੰਦਾਬੰਦੀ ਵਾਲੀ ਵਰਖਾ ਜਿਹੜੀ ਹੈਗੀ ਆ ਉਹ ਹੋਣ ਦੀ ਸੰਭਾਵਨਾ ਹੈ 7 ਤਰੀਕ ਨੂੰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਪ੍ਰੰਤੂ 8 ਅਤੇ 9 ਜੂਨ 2020 ਪੂਰਾ ਪੰਜਾਬ ਖੁਸ਼ਕ ਰਹੇਗਾ 10 ਜੂਨ ਨੂੰ ਕੁਝ ਇਲਾਕਿਆਂ ਤੋਂ ਵਰਖਾ ਦੀ ਸ਼ੁਰੂਆਤ ਹੋ ਸਕਦੀ ਹੈ ਜ਼ਿਆਦਾਤਰ ਪੰਜਾਬ ਖੁਸ਼ਕ ਰਹੇਗਾ ਜਿਹੜੇ ਇਲਾਕਿਆਂ ਦੇ ਵਿੱਚ ਵਰਖਾ ਹੋ ਸਕਦੀ ਹੈ ਉਹ ਹੈ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਇਸ ਦੇ ਨਾਲ ਨਾਲ ਮਾਨਸਾ ਮਾਨਸਾ ਤੋਂ ਅੱਗੇ ਸੰਗਰੂਰ ਇਹ ਜਿਹੜੇ ਇਲਾਕੇ ਹੈਗੇ ਆ ਇਹਨਾਂ ਦੇ ਵਿੱਚ ਹਲਕੀ-ਫੁਲਕੀ ਵਰਖਾ ਜਿਹੜੀ ਹੈਗੀ ਹੈ 10 ਜੂਨ 2020 ਤੋਂ ਸ਼ੁਰੂ ਹੋ ਸਕਦੀ ਹੈ। ਮੌਸਮੀ ਵਾਰਨਿੰਗ ਪੰਜਾਬ ਦੇ ਵਿੱਚ ਕੋਈ ਨਹੀਂ ਹੈਗੀ। ਇਸ ਸਮੇਂ ਪੰਜਾਬ ਲਗਭਗ ਹਰੇ ਰੰਗ ਦੇ ਵਿੱਚ ਆ ਚੁੱਕਾ ਹੈ। ਤਾਂ ਮੇਰੇ ਖਿਆਲ ਦੇ ਵਿੱਚ ਜਿਹੜੇ ਕਿਸਾਨ ਵੀ ਬਜਾਈ ਰੋਕੀ ਬੈਠੇ ਆ ਅਗਲੇ 2 ਦਿਨਾਂ ਦੇ ਵਿੱਚ ਧੜਾ-ਤੜ ਬਜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਕਿ ਅਗਲੀ ਬਰਸਾਤ ਤੋਂ ਪਹਿਲਾਂ-ਪਹਿਲਾਂ ਉਹ ਬਜਾਈ ਆਪਣੇ ਇਹ ਬਾਹਰ ਨਿਕਲ ਆਵੇ ਤੇ ਬਜਾਈ ਜ਼ਿਆਦਾ ਡੂੰਗੀ ਨਾ ਕਰਿਓ ਜੋ ਕਿਉਂਕਿ ਜੇਕਰ ਵਰਖਾ ਗਾਂ ਆ ਜਾਂਦੀ ਹੈ ਤਾਂ ਡੂੰਗੀ ਬਜਾਈ ਵਾਲੇ ਬੂਟੇ ਦੇਰ ਨਾਲ ਨਿਕਲਦੇ ਆ ਤੇ ਉਹਨਾਂ ਨੂੰ ਕਰੰਟ ਹੋ ਜਾਂ ਤਾਂ ਹੋਰ ਨੁਕਸਾਨ ਹੁੰਦਾ ਹੈ ਬੀਜ ਦੀ ਮਾਤਰਾ 8 ਕਿਲੋ ਤੋਂ ਘੱਟ ਨਾ ਕੀਤੀ ਜਾਵੇ ਜੇਕਰ ਗੱਲ ਕਰੀਏ ਹਰਿਆਣਾ ਦੀ 7 ਜੂਨ ਨੂੰ ਹਰਿਆਣਾ ਦੇ ਕੁਝ ਏਰੀਆ ਹੈ ਪਹਿਲਾਂ ਕੇਂਦਰ ਸ਼ਾਸਿਤ ਚੰਡੀਗੜ੍ਹ ਹਲਕੀ ਵਰਖਾ ਹਰਿਆਣਾ ਦੇ ਵਿੱਚ ਪੰਚਕੁਲਾ ਅੰਮਾਲਾ ਯਮਨਾ ਨਗਰ ਕੁਰਕਸ਼ੇਤਰ ਕੈਥਲ ਕਰਨਾਲ ਇਸ ਦੇ ਨਾਲ-ਨਾਲ ਕੁਝ ਜ਼ਿਲ੍ਹੇ ਹੋਰ ਹੈ ਜਿੱਥੇ ਕਿ ਬਹੁਤ ਹੀ ਹਲਕੀ ਵਰਖਾ ਹੈ ਬਿਲਕੁਲ ਹਰ ਕੀ ਵਰਖਾ ਹੋਣ ਦੀ ਸੰਭਾਵਨਾ ਹੈ ਜਿਸ ਤਰ੍ਹਾਂ ਸਿਰਸਾ ਫਤਿਆਬਾਦ ਹੈ ਹਿਸਾਰ ਹੈ ਜੀਂਦ ਹੈ ਬਿਵਾਨੀ ਹੈ ਇਹਨਾਂ ਜ਼ਿਲ੍ਹਿਆਂ 'ਚ ਬਿਲਕੁਲ ਹਲਕੀ ਵਰਖਾ ਜਿਹਨੂੰ ਆਪਾਂ ਬੂੰਦਾਬੰਦੀ ਜਿਹੜੀ ਹੈਗੀ ਹੈ ਕਹਿੰਦੇ ਆ ਤਾ 8 9 ਨੂੰ ਲਗਭਗ ਪੂਰਾ ਹੀ ਹਰਿਆਣਾ ਖੁਸ਼ਕ ਰਹੇਗਾ 10 ਤਰੀਕ ਨੂੰ ਕੁਝ ਜ਼ਿਲ੍ਹਿਆਂ ਦੇ ਵਿੱਚ ਵਰਖਾ ਦੁਬਾਰਾ ਫਿਰ ਆਏਗੀ ਤੇ 11 12 ਦੀ ਸਥਿਤੀ ਕੁਝ ਦੇ ਵਿੱਚ ਫਿਰ ਥੋੜੀ ਗੜਬੜ ਹੋਏਗੀ ਮਹਿੰਦਰਗੜ ਰਿਵਾਰੀ ਝੱਜਰ ਗੁਰੂਗ੍ਰਾਮ ਮਿਵਾਤ ਪਲਵਲ ਫਰੀਦাবাদ ਰੋहतक ਸੋਨੀਪੱਤ ਪਾਣੀਪੱਤ ਸਿਰਸਾ ਫਤਿਆਬਾਦ ਹਿਸਾਰ ਜੀਂਦ ਵਿਵਾਨੀ ਚਰਖੀਦਾਦਰੀ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ 10 ਤਰੀਕ ਨੂੰ ਵਰਖਾ ਦੀ ਹਲਕੀ-ਫੁਲਕੀ ਵਰਖਾ ਦੀ ਵਾਪਸੀ ਹੋ ਸਕਦੀ ਹੈ। ਤਾਂ ਕਹਿਣ ਦਾ ਮਤਲਬ ਇਹ ਕਿ ਜਿਹੜੇ ਕਿਸਾਨ ਵੀ 7 ਤਰੀਕ ਨੂੰ ਜਾਂ 8 ਤਰੀਕ ਨੂੰ ਬਿਜਾਈ ਕਰਦੇ ਹੈ ਤਾਂ ਉਮੀਦ ਕੀਤੀ ਜਾਂਦੀ ਹੈ ਕਿ ਜੇਕਰ ਵਰਖਾ ਗਾਂ ਜਾ ਕੇ ਹੋ ਜਾਂਦੀ ਹੈ ਤਾਂ ਇਹਨਾਂ ਦਾ ਝੋਨਾ ਜਿਹੜਾ ਹੈਗਾ ਆਰਾਮ ਦੇ ਨਾਲ ਬਾਹਰ ਨਿਕਲ ਸਕਦਾ ਹੈ। ਤਾਂ ਇਹ ਟਾਈਮ ਹੈ ਬਿਜਾਈ ਕਰਨ ਦਾ। ਤਾਂ ਮੌਸਮੀ ਵਾਰਨਿੰਗ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਇਸ ਸਮੇਂ ਜਿਹੜਾ ਹੈਗਾ ਨਹੀਂ ਹੈਗੀ ਸਾਰੇ ਦਾ ਸਾਰਾ ਹਰਿਆਣਾ ਹਰੇ ਦੇ ਵਿੱਚ ਹੈ ਇਸ ਤੋਂ ਅੱਗੇ ਜੇਕਰ ਆਪਾਂ ਚਾਈਏ ਤਾਂ ਗੱਲ ਕਰਾਂਗੇ ਗੰਗਾ ਨਗਰ ਹਨੂਮਾਨਗੜ ਦੀ ਗੰਗਾ ਨਗਰ ਹਨੂਮਾਨਗੜ ਦੇ ਵਿੱਚ ਇਹ 2 ਦਿਨ 7 8 ਤੇ 9 ਵੀ ਵਿੱਚ ਸ਼ਾਮਲ ਕਰ ਸਕਦੇ ਹਾਂ ਥੋੜੇ ਜਿਹਾ ਇਲਾਕੇ ਦੇ ਵਿੱਚ ਵਰਖਾ ਹੋ ਸਕਦੀ ਹੈ ਪਰੰਤੂ ਧੂੜ ਭਰੀ ਹਨੇਰੀ ਆਉਣ ਦੀ ਸੰਭਾਵਨਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤਾਪਮਾਨ ਪੂਰੇ ਉੱਤਰ ਪੱਛਮ ਭਾਰਤਾਂ ਨੂੰ ਵਧਣਾ ਸ਼ੁਰੂ ਹੋ ਜਾਏਗਾ ਜਿਹੜੀ ਵਰਖਾ ਦੀ ਸੰਭਾਵਨਾ ਨਾ ਥੋੜੀ ਬਹੁਤ ਸੰਭਾਵਨਾ ਇਹ ਤਾਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਵੀ ਥੋੜੀ ਥੋੜੀ ਬਣੀ ਹੀ ਰਹਿਣੀ ਹੈ ਇਸ ਕਰਕੇ ਜਿਹੜੀਆਂ ਮੈਂ ਸਾਵਧਾਨੀਆਂ ਦੱਸੀਆਂ ਹੈਗੀਆਂ ਜਿਹੜੇ ਵੀ ਬਜਾਈ ਕਰ ਰਹੇ ਐ ਕਿ ਬੀਜ ਨੂੰ ਵੱਧ ਤੋਂ ਵੱਧ ਪਿਉ ਕੇ ਸਵਾ ਤੋਂ ਡੇਢ ਇੰਚ ਡੂੰਘਾ ਪੂਰਾ ਤਰਵਤਰ ਖੇਤ ਤਾਂ ਕਿ ਬੀਜ ਚੌਥੇ ਨਹੀਂ ਤਾਂ ਪੰਜਵੇਂ ਦਿਨ ਜਿਹੜਾ ਹੈਗਾ ਬਾਹਰ ਆ ਜੇ ਤੇ ਅਸੀਂ ਜਿਹੜਾ ਮੌਸਮ ਦਾ ਰਿਸਕ ਹੈ ਉਹਨੂੰ ਕਵਰ ਕਰੀਏ ਇਹਦਾ ਧਿਆਨ ਰੱਖਣਾ ਹੀ ਪੈਣਾ ਹੈ ਪੱਛਮੀ ਉੱਤਰ ਪ੍ਰਦੇਸ਼ ਜਿਹੜਾ ਹੈਗਾ ਇਸ ਜਗ੍ਹਾ ਤੇ 7 8 9 ਨੂੰ ਕੋਈ ਚੇਤਾਵਨੀ ਨਹੀਂ ਹੈਗੀ ਜੇਕਰ ਇਹਨਾਂ ਦੀ ਵਰਖਾ ਦੇਖੀਏ ਤਾਂ 7 ਨੂੰ ਇੱਕ ਮਾੜੀ-ਮੋਟੀ ਵਰਖਾ ਹੋ ਸਕਦੀ ਹੈ 8 9 ਨੂੰ ਜਿਹੜਾ ਹੈਗਾ ਮੌਸਮ ਖੁਸ਼ਕ ਰਹੇਗਾ 10 11 ਨੂੰ ਜਿਹੜਾ ਹੈਗਾ ਹਲਕੀ-ਫੁਲਕੀ ਵਰਖਾ ਕੁਝ ਸਥਾਨਾਂ ਤੇ ਆ ਰਹੀ ਹੈ 10 11 ਵਾਲੀ ਵਰਖਾ ਕਾਫੀ ਏਰੀਆ ਦੇ ਵਿੱਚ ਹਲਕੀ ਫੁਲਕੀ ਹੀ ਰਹਿਣ ਦੀ ਸੰਭਾਵਨਾ ਹੈਗੀ ਹੈ ਤਾਂ ਜੰਮੂ ਦੇ ਵਿੱਚ 12 ਨੂੰ ਵਰਖਾ ਦੀ ਵਾਪਸੀ ਹੋ ਸਕਦੀ ਹੈ 12 ਜੂਨ 2020 ਨੂੰ ਜੇ ਡਿਟੇਲ ਦੇ ਵਿੱਚ ਆਈਏ ਕਿ ਸਾਡੇ ਇੱਥੇ ਜਿਹੜੀ ਵਰਖਾ ਹੈਗੀ ਹੈ ਕਿਉਂਕਿ ਕਿਸਾਨਾਂ ਨੂੰ ਥੋੜੀ ਡਿਟੇਲ ਚਾਹੀਦੀ ਹੈ ਕਿ 11 12 ਦਾ ਕੀ ਹੋਏਗਾ ਤਾਂ 11 12 ਦੇ ਵਿੱਚ ਲਗਭਗ 13 ਤਰੀਕ ਤੱਕ ਸਾਫ਼-ਸਾਫ਼ ਲਿਖਿਆ ਹੈਗਾ ਕਿ ਆਈਸੋਲੇਟਡ ਟੂ ਸਕੈਟਰਡ ਰੇਨ ਥੰਡਰਸਟਾਵਰ ਥੰਡਰ ਸ਼ਾਵਰਸ ਓਵਰ ਪਾਰਟਸ ਆਫ ਨਾਰਥ-ਵੈਸਟ ਇੰਡੀਆ ਉੱਤਰ-ਪੱਛਮ ਭਾਰਤ ਦੇ 25 ਤੋਂ ਲੈ ਕੇ 50% ਇਲਾਕੇ ਦੇ ਵਿੱਚ ਹਲਕੀ-ਫੁਲਕੀ ਵਰਖਾ ਜਿਹੜੀ ਹੈਗੀ ਹੈ 11 ਤੋਂ ਲੈ ਕੇ 13 ਜੂਨ 2020 ਦੇ ਵਿਚਕਾਰ ਹੋ ਸਕਦੀ ਹੈ ਵੈਸੇ ਇਸ ਦੇ ਬਾਰੇ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਵਰਖਾ ਦੀਆਂ ਗਤੀਵਿਧੀਆਂ ਹੋ ਸਕਦੀਆਂ ਜਿਹੜਾ ਸਿਸਟਮ ਇਸ ਸਮੇਂ ਬੰਗਾਲ ਦੀ ਖਾੜੀ ਵਿੱਚ ਬਣ ਰਿਹਾ ਹੈ ਇਹ ਸਿਸਟਮ ਫਿਰ 15-20 ਤਰੀਕ ਦੇ ਨੇੜੇ ਨੂੰ ਜਾ ਕੇ ਕਿਉਂਕਿ ਮਧ ਪ੍ਰਦੇਸ਼ ਤੱਕ ਪਹੁੰਚੇਗਾ ਇਸ ਜਗ੍ਹਾ ਤੱਕ ਪਹੁੰਚੇਗਾ ਤੇ ਅਗਲੇ ਏਰੀਆ ਨੂੰ ਵੀ ਪ੍ਰਭਾਵਿਤ ਕਰੇਗਾ ਤੇ ਮਾਨਸੂਨ ਜਿਹੜੀ ਹੈਗੀ ਹੈ ਉਹ ਬੜੀ ਤੇਜ਼ੀ ਦੇ ਨਾਲ ਅੱਗੇ ਵਧਦੀ ਪਈ ਹੈ ਜੇਕਰ ਇਸੇ ਤਰੀਕੇ ਨਾਲ ਮਾਨਸੂਨ ਅੱਗੇ ਤੇਜ਼ੀ ਨਾਲ ਵਧਦਾ ਰਿਹਾ ਤਾਂ ਬੜੀ ਜਲਦੀ ਜਿਹੜਾ ਹੈਗਾ ਟਾਈਮ ਤੋਂ ਪਹਿਲਾਂ ਸਾਡੇ ਇਲਾਕੇ ਦੇ ਵਿੱਚ ਵੀ ਪਹੁੰਚਣ ਦੀ ਇਹਦੀ ਸੰਭਾਵਨਾ ਹੈਗੀ ਹੈ ਤਾ ਮੇਰੀ ਬੇਨਤੀ ਤੁਸੀਂ ਪ੍ਰਵਾਨ ਕਰ ਲਈ ਹੋਏਗੀ ਕਿ ਮੁੱਖ ਮਕਸਦ ਜੋ ਕਹਿਣ ਦਾ ਸੀਗਾ ਕਿ ਵਰਖਾ ਜਾਰੀ ਰਹੇਗੀ ਉਹ ਤੂਫਾਨੀ ਗਤੀਵਿਧੀਆਂ ਅਗਲੇ 5-7 ਦਿਨ ਨਹੀਂ ਹੋਣਗੀਆਂ ਹਲਕੀ ਫੁਲਕੀ ਵਰਖਾ ਕਿਤੇ ਕਿਤੇ ਹੋਏਗੀ ਤਾਂ ڪرੰਡ ਤੋੜਨ ਦੇ ਲਈ ਇੰਤਿਆਮ ਕਰਨਾ ਪਏਗਾ ਤਾਂ ਇਹ ਵੀ ਹੋ ਸਕਦਾ ਹੈ ਕਿ ਕੋਈ ਇਲਾਕੇ ਭੱਜ ਜਾਣ ਕਿਉਂਕਿ ਹੁਣ ਇਸ ਤਰੀਕੇ ਦੀ ਵਰਖਾ ਨਹੀਂ ਹੈਗੀ ਕਿ ਸਾਰਾ ਏਰੀਆ ਕਵਰ ਕਰੇ ਕਿਸੇ ਕਿਸੇ ਇਲਾਕੇ ਦੇ ਵਿੱਚ ਵਰਖਾ ਹੋ ਸਕਦੀ ਹੈ ਤਾਂ ਅਸੀਂ ਉਸ ਤੋਂ ਬਚਣ ਵਾਸਤੇ ਆਪਦੀ ਜਿਹੜਾ ਹੈਗਾ ਬੀਜ ਦੀ ਗਹਿਰਾਈ ਕੰਟਰੋਲ ਕਰੀਏ ਬੀਜ ਨੂੰ ਜਿਆਦਾ ਭਿਉਂਕੇ ਬੀਜੀਏ ਤਾਂ ਕਿ ਜੇਕਰ ਕਿਸੇ ਇਲਾਕੇ 'ਚ ਵਰਖਾ ਆਉਂਦੀ ਹੈ ਤਾਂ ਅਸੀਂ ਉਸ ਤੋਂ ਬਾਹਰ ਨਿਕਲ ਜਾਈਏ ਮੇਰੇ ਖੁਦ ਲਗਭਗ ਅੱਜ 26 ਕਿੱਲੇ ਜਿਹੜਾ ਹੈਗਾ ਝੋਨਾ ਬੀਜਣ ਵਾਲਾ ਪਿਆ ਉਸ ਦੀ ਬਿਜਾਈ ਮੈਂ ਖੁਦ ਆਪਣੇ ਖੇਤਾਂ ਦੇ ਵਿੱਚ ਕੱਲ ਤੋਂ ਸ਼ੁਰੂ ਕਰਨ ਜਾ ਰਿਹਾ ਹਾਂ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ